ये बाल खिले रखे हैं, तेरे को पता है वो आज ईद की दिहाड़ी है और भोरी रन भोरी मैं के तू तू भोरी है अजी तो देने करवेला बैठे हैं कोई काम शाम जा बच्चे भूखे बैठे ने और मैं तेरे को पहले सोच के आया मैं काम तो वेंदा पिया तू पिछू दुआ करे और कोई लेला बकरा कोई कट्टा बच्चा कोई ऊंट मिलती और मैं उसकी कुर्बानी करके मेहनत करके गोज घेर के घर आसा तू है भोरा कसाई तेनु खुशियां नहीं लभनी ना तू कोई काम काज करके आना है ना सारे बच्चों ना सानू तू खवा सकता है ओ मैं भोरा नहीं ओ मैं कसाई हां ओ मेरी कोई किस्मत खराब होई वदी है तू छुरिया मेरा सामान चाड़े मैं वन्या रोदी ते ले ए फड़ छुरिया ते जा ओ मैं वेंदा पिया आज लगो है रश कोई ना कोई रोजी मेरे को मिलसी तू को खिलाई रखा कर मेरे पोत्र को छुरियां सारियां रखियां नहीं हां जी हां जी सारियां रख दितियां ने जा सर ले जा ओ मैं आम कसाई नहीं मैं जिजू कसाई हां जिजू ना जमणी पोवी ताए सारे घर जमणा होई जे ना जाती बड़े अफसोस दी गल सर तू साडा ठीके बड़े अफसोस दी गल यार तू साडा ठीके पटुर ता घर तेरे ले ਲੈ ਵੀ ਬੱਕਰਿਆ ਅੱਜ ਈਦ ਦਾ ਦਿਨ ਏ ਤੇਰੀਆਂ ਬੋਟੀਆਂ ਕਰਕੇ ਖਾਵਾਂਗੇ ਤੈਨੂੰ ਹਲਾਲ ਕਰਕੇ ਨਮਕ ਲਾ ਕੇ ਭੁੰਨ ਕੇ ਭੁੰਨ ਕੇ ਭੁੰਨ ਕੇ रोटी का मामला है ना मैं रोटी खा लू चाचा बशीर दे घर जाके तुसी जानो तुहाडे काम जाने जाके ना कसाई लब के लियो सारे बारो गल छोड़ो गल छोड़ो ओ गल छोड़ो लड़ो नहीं बकरा फड़ो मैं लब के लियाना कोशिश करना ए आखरी बार है जे ना लब्बे फिर तुसी दालां दे गुजारा करो लब के लिया कसाई तू भी चल कसाई लब के लिया तू भी जा चल तेरा तो घर न्याणे भूखे ने इन्हां नु पई नहीं हैगी हां सिर्फ इस दी इस बदतमीजी दी वजह तो जड़ा ना असि घरों बाहर रन्ना दी रन्ना कोलों बेइज्जती करा के आए बैठे हैं मुकाला करा तू दस भाई तू दस बोल की करा मैं ईद दा मौका है नहीं लभे तो मैं की करा ईद वाले दिन सारे घर बैंदे ने अज वेखो असि ईद वाले दिन रोड ते बैठे हुए कसाई नहीं लभदे सिर्फ इहदी गलती तो इहदी वजह तो हां मेरी गलती है मेरे मुकाला करो आओ रन मुरी तुसी हो 24 घंटे तुसी गाला खादी रखते हो रन्ना कोलो अज ईद दा मौका जी कसाई लभे सारा मुकाला मेरे ते मेरी गल सुन अगर कसाई ना लभया आज सानू सवानी हलाल कर सटना सही है तू है के भी इसे लायक होगे या अल्लाह कोई ते कसाई कल ताकि असि घर जाइए नहीं ते ईद आपां इत्थे सड़क ते गुजारनी पैनी है कुछ भी नहीं बकरा हलाल कराना असि कसाई लभदे फिरदे रब्बी तू लभ गया चंगा तू बकरा हलाल करवाना
ਤੇਰਾ ਹਲਾਲ ਕਰਵਾਵਣੇ ਉਹ ਮੇਰਾ ਤਾਂ ਤੂੰ ਤਾਂ ਅਤਰੋ ਹੀ ਕਾਢ ਦਿੱਤੇ ਮੈਂ ਕਿ ਮੇਰੇ ਕੋ ਮਾਰੂ ਹੈ ਓਏ ਕੀਨਾ ਤੇਰਾ ਜੀਜੂ ਕਸਾਈ ਓਏ ਜੀਜੂ ਕਸਾਈ ਤੇਰੀ ਮਿਹਰਬਾਨੀ ਹੈ ਸਾਡੇ ਨਾਲ ਚੱਲ ਤੇ ਸਾਡਾ ਬੱਕਰਾ ਹਲਾਲ ਕਰ ਦੇ ਯਾਰ ਜਿੰਨੇ ਮਰਜ਼ੀ ਪੈਸੇ ਲਾ ਲਵੇਂ ਚੱਲ ਯਾਰ ਸਾਡੇ ਨਾਲ ਠੀਕ ਹੋ ਗਿਆ ਮੈਂ ਚੱਲਣਾ ਮੈਂ ਅਗੂ ਅਗੂ ਤੇ ਤੂੰ ਤਾਂ ਪਿੱਛੇ ਪਿੱਛੇ ਕਿਉਂਕਿ ਜੀਜੂ ਕਸਾਈ ਸ਼ੁਕਰ ਹੈ ਜਰਾ ਲੱਭ ਗਿਆ ਜਲਦੀ ਕਰ ਜਲਦੀ ਕਰ ਉਹ ਗੱਲ ਸੁਣੋ ਇਹਦੇ ਪਰੇਸ਼ਾਨ ਕਿਉਂ ਥੇ ਵਦੇ ਵੇ ਓ ਯਾਰ ਸਾਨੂੰ ਰੰਨਾ ਬਾਹਰ ਕੱਢ ਦਿੱਤਾ ਹੈ ਬਈ ਕਸਾਈ ਲੈ ਕੇ ਆਓ ਜਿੱਥੋਂ ਮਰਜ਼ੀ ਲੈ ਕੇ ਆਓ ਓ ਰੰਨਾ ਹੈ ਨਹੀਂ ਹੋ ਜਈਆਂ ਓ ਮਰਦਾਂ ਨੂੰ ਕੁੱਟੇ ਨਹੀਂ ਐਨ ਓ ਮੈਂ ਆਪਣੀ ਰਾਨ ਕੋਲ ਗੱਲ ਨਹੀਂ ਸੁਣ ਕੇ ਆਇਆ ਇੱਕ ਲਿੱਤਰ ਨਹੀਂ ਮੈਂ ਜੱਲੇ ਬਕਾਇ ਉਸ ਗੱਲ ਨਾਲ ਪੂਰੀ ਮੇਰੀ ਬੇਇੱਜ਼ਤੀ ਕੀਤੀ ਏ ਅੱਛਾ ਚਾ ਤੁਸਾਂ ਵਾਲ ਮੇਰੇ ਪੀਲ ਵੀ ਰਾਓ ਹੱਸ ਸਕੋ ਰਲ ਮੁਰੀ ਦਾ ਓ ਕੀ ਦਲ ਦੇ ਨਹੀਂ ਖਲੇ ਖਾਲੇ ਚਲੋ ਸਬਰ ਤਾਂ ਕਰ ਵਜੋ ਉਹ ਮੇਰਾ ਨਾਂ ਹੈ ਜੀਜੂ ਕਸਾਈ ਸਭ ਤੋਂ ਪਹਿਲੇ ਬੱਕਰੇ ਨੂੰ ਪਾਣੀ ਪਿਲਵਾਓ ਉਹ ਪਾਣੀ ਗਿਆ ਨਾ ਬੱਕਰੇ ਨੂੰ ਪਿਲਾ ਛੋਟੇ ਬੱਕਰੇ ਨੂੰ ਛੋੜ ਦੇ ਛੋੜ ਦੇ ਪਾਣੀ ਅਗੂ ਰੱਖ ਛੀ ਪੀਲਾ ਪਾਣੀ ਪੀਲਾ ਪਾਣੀ ਉਹ ਤਾਂ ਕਸਰ ਚਾਹ ਤਾਂ ਕਸਰ ਚਾਹ ਇਹਨੇ ਮੂਨਾ ਲਾ ਇੱਥੇ ਆਈਏ ਮੂਨਾ ਲਾ ਤਾਂ ਕਰ ਪੀਲਾ ਫਿਰ ਤੈਨੂੰ ਹਲਾਲ ਕਰਨਾ ਹੈ ਪੀਲਾ ਪਾਪੀ ਕਿ ਦੇ ਤਾਂ ਲੱਭ ਰਹਾ ਰੱਖ ਦੇ ਰੱਖ ਦੇ ਯਾਰ ਲਿਟਾ ਬਕੜਾ ਲਿਟਾ ਲਿਟਾ ਲੈਟ ਫੜਾ ਮੈਂ ਜਾਣਾ ਕਰ ਯਾਰ ਫੜਾ ਯਾਰ ਫੜਾ ਯਾਰ ਲੈ ਵੇ ਕਰ ਕਰ ਮੂੰਹ ਥੋੜਿਆ ਪਰਾ ਕਰ ਐ ਲੈ ਲੈ ਮੂੰਹ ਆ ਗਿਆ ਮੂੰਹ ਪਰਾ ਕਰ ਲੈ ਹੋ ਗਿਆ ਹੋ ਗਿਆ ਆ ਜਾ ਇੱਥੇ ਹੋਰ ਖਾਈ ਲਾ ਹੋਰ ਹੋ ਗਿਆ ਵਧੇ ਗਈ ਏ ਹਾਂ ਹਾਂ ਆ ਭਾ ਜਾ ਸਾਰ ਤੇ ਆ ਪਿਛੋਂ ਵੇ ਜਰਾ ਪਿਛੋਂ ਵੇ ਆ ਕਾਬੂ ਕਰ ਖਾਦਾ ਕਹਿੰਦੇ ਲੱਤਾ ਬਾਦ ਇਹਨੇ ਚਾਰ ਸਾਰ ਤੇ ਬਾਦ ਬੰਦ ਆ ਭਾ ਜਾਨ ਮੈਂ ਕੋਈ ਆਮ ਕਸਾਈ ਕਹਿ ਨਹੀਂ ਜੀਜੂ ਕਸਾਈਆਂ ਜਿੱਥੇ ਮੈਂ ਬੱਕਰਾ ਹਲਾਲ ਕੀਤੇ ਉਸ ਵਿੱਚ ਲਜ਼ਤ ਹੀ ਬਣੀ ਹੁੰਦੀ ਹੈ ਭਾਈ ਯਾਰ ਅਗਰ ਤੁਸੀਂ ਗੋਸ਼ਤ ਤੇ ਲਜ਼ਤ ਦੇਖਣੀ ਹੈ ਇੱਕ ਹੱਥ ਨਾ ਲਾਓ ਔਰ ਤਾਂ ਹੱਥ ਲਾ ਕੇ ਫਾਦ ਕੇ ਬਾਵੇਂ ਗੋਸ਼ਤ ਤੇ ਲਜ਼ਤ ਹੋਸੀ ਇਹਦਾ ਮਤਲਬ ਹੈ ਅਸੀਂ ਉੱਠੀਏ ਉੱਠੋ 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 ਯਾਰ ਬਾਦ 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 ਇਹਦੇ ਬਾਦ ਬੰਦੇ ਆ ਲੱਤਾ ਬੰਦੇ ਲੱਤਾ ਬੰਦੇ ਇਧਰ ਬੰਦੇ ਇਹਨੇ ਖੁੱਲ ਜਾਣਾ ਹੱਥ ਨਾ ਲਾਓ ਅੱਜ ਤਾਂ ਫਾਦ ਬਾਓ ਉਹ ਬੱਕਰਾ ਗਿਆ ਵਧੀ ਹੁਣ ਪਿੱਛੇ ਪਿਛਾਉ ਵਜੋ ਹੱਥ ਨਾ ਲਾਓ ਹੱਥ ਨਾ ਲਾਓ ਅੱਤਵੇ ਮੇਰੀ ਭੈਣ ਅੱਤਵੇ ਆਜਾ ਪਿਛਾਉ ਬੈ ਥੋੜੀ ਜਿਹੀ ਪਿਛਾਉ ਬੈ ਇੱਥੇ ਇੱਥੇ ਹੋ ਬੈ ਇੱਥੇ ਬਸ ਹੱਥ ਰੱਖ ਬੈ ਇੱਥੇ ਲੈ ਭਾਈ ਮੈਂ ਹੁਣ ਕਰੇ ਨਾ ਪਿਆ ਬੱਕਰਾ ਹਲਾਲ ਸੱਜਾ ਪੈਰ ਕੋਈ ਨਾ ਹਲਾਵੇ ਮਨੂਸ ਰੱਖਨੇ ਬਾਲ ਦੇ ਖਿਰਾਵਣੇ ਰੱਖ ਦਿੱਤੇ ਨੇ ਉਹ ਮਾਏ ਕੁਆ ਕੇ ਛੁਰੀ ਤੇ ਭੁਗਤਾ ਰੱਖ ਮਨੂਸ ਰਾਨੇ ਕੇ ਮੇਰੇ ਮੱਥੇ ਪੈ ਓਏ ਕੀ ਏ ਵੇ ਛੁਰੀਆਂ ਤਾਂ ਇਹਨ ਕੋਈ ਨਾ ਗਟਕਾਂ ਜੀ ਵਿੱਚ ਪਾਈ ਵਾਣਾ ਆ ਜਾਨ ਤੂੰ ਟੈਨਸ਼ਨ ਨਾ ਗਿਨੋ ਉਹ ਮੇਰੀ ਸਵਾਣੀ ਹੈ ਮੈਂ ਨਾ ਲੜੀ ਉਸ ਕਾਗੜ ਤੂੰ ਲੱਕੜੀਆਂ ਤੇ ਵੇ ਸਿੱਟੇ ਜੇ ਰੱਖ ਦਿੱਤੇ ਤੁਹਾਡੇ ਘਰ ਛੁਰੀ ਏ ਤੇ ਮੈਂ ਬੱਕਰਾ ਹੁਣੇ ਹਲਾਲ ਕਰ ਦੇਣਾ ਤੇਰੂ ਛੁਰੀ ਚਾ ਕੇ ਲੈ ਇਹ ਕਸਾਈ ਪਤਾ ਨਹੀਂ ਕੀ ਹੋ ਜੀ ਆ ਗਿਆ ਤੇ ਕੋਲ ਛੁਰੀ ਕੋਈ ਨਹੀਂ ਹੈ ਜਾ ਤੇ ਔਰਤਾਂ ਕੋਲੋਂ ਬੱਕਰਾ ਫਦਾਈ ਬੈਠੇ ਤੂੰ ਓ ਮਾਈ ਯਾਰ ਗੋਸ਼ਤ ਤੇ ਲਜ਼ਤ ਬੜੀ ਹੋਣੀ ਏ ਤੁਹਾਡੇ ਹੱਥ ਨੇ ਸਖਤ ਇਹਨਾਂ ਦੇ ਹੱਥ ਨਰਮ ਤਾਂ ਵਾਸਤੇ ਲਜ਼ੀਜ਼ ਆ ਸੀ ਰੁਮਾਲ ਹਟ ਵਜੋ ਤੂੰ ਸਭ ਬਹਿ ਵਜੋ ਮੈਨੂੰ ਤਾਂ ਕਸਾਈ ਵੀ ਕੋਈ ਅਨਾੜੀ ਚਬਲ ਹੀ ਲੱਗਦਾ ਹੈ ਮੈਂ ਵੀ ਇਹੀ ਕੁਝ ਦੇਖ ਰਿਹਾ ਬੈਠਾ ਬੋਲ ਜੂ ਜਾਂਦਾ ਛੁਰੀ ਆਪਣੇ ਘਰ ਪਈ ਏ ਆਪਾਂ ਹਲਾਲ ਕਰਾ ਲੈਨੇ ਆ ਇਹਦੇ ਕੋਲ ਗੱਲ ਇਹ ਜੀ ਹੱਥ ਨਹੀਂ ਖਾਵੇਂ ਆਪਣਾ ਹਾਂ ਨਰਮ ਹੱਥ ਹੈ ਤੇਰਾ ਇਹ ਤਾਂ ਨਰਮ ਹੱਥ ਰੱਖ ਕੇ ਬੈ ਹੁਣ ਤੂੰ ਚੈੱਕ ਕਰ ਹੱਥ ਚੱਲੇ ਪਾਈ ਵਧੀ ਤੇਰਾ ਹੱਥ ਜ਼ਿਆਦਾ ਨਰਮ ਹੈ ਤੂੰ ਆਰਾਮ ਨਾਲ ਰੱਖ ਕੇ ਬਾਵੇਂ ਜੇਲੇ ਮੈਂ ਫਿਰਿਆ ਸਾ ਨਾ ਛੁਰੀ ਉਹ ਬੋਲੇ ਮੈਂ ਕੁੱਕਰ ਆਏ ਕੁੱਚ 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 ਠੀਕ ਹੈ ਕੁੱਚ ਕੁੱਚ ਹਾਂ ਕਿਉਂਕਿ ਸਾਰੇ ਕਸਾਈਆਂ ਦੀ ਰਸਮ ਹੈ ਪਰੇਸ਼ਾਨ ਨਹੀਂ ਹੋਣਾ ਓਏ ਇਹ ਕੀ ਕਰੰਦਾ ਬੈਠਾ ਓ ਭਾਈ ਜਾਨ ਤੁਹਾਨੂੰ ਗੋਸ਼ ਲਜ਼ੀਜ਼ ਨਹੀਂ ਚਾਹੀਦਾ ਚਾਹੀਦਾ ਤੇ ਬਾਅਦ ਚੁੱਪ ਕਰਕੇ ਬੈ ਲਓ ਜੀ ਛੁਰੀ ਆ ਗਈ ਹਾਂ ਉਧਰ ਦੇ ਆਈ ਜਦੇ ਭਾਈ ਆਈ ਦੇ 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 ਪਰ ਬੈਠੀ 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 ਚਲੋ ਜੀ ਓ ਇੱਕ ਮਿੰਟ ਰੁੱਕ ਓ ਕਿਉਂ ਹੈ ਭਾਈ ਓ ਤਕਬੀਰ ਪੜ੍ਹੀ ਏ ਓ ਕੈਸ਼ਾ ਪੜ੍ਹ ਲਈ ਏ ਤਕਬੀਰ
खबरदार बकरे ते हाथ ना रखे पिया के ठीक है तू मैं हलाल करेंदा नहीं पिया तकबीर तो तेनू आंदी नहीं हलाल किवें करूंगा तू भाईजान अगे कसा से तकबीर पढ़िए और तकरीबरी कह नहीं पढ़ी दी इन्हें छुरी फिरी दिए मेन शायद बकरे दी गर्दन ते छुरी फिरे बेवकूफ इंसान इस तरह बकरा हराम हो जांदा या ओ किवे भाईजान हराम हो वेंदे ओ जेले छुरी फिर गई ते खत्म हो गई गल हेलो ए तकबीर तेरा अब्बा पढ़ेगा जब तक तकबीर नहीं पढ़ी जाएगी ए हलाल नहीं होएगा कुर्बानी नहीं होंदी ए हराम हो जांदा है ओ जेले तेरी शादी थई आई ओ तेरी शादी दा गोश्त मेरे अब्बे ने ही बनाया ओ मेरे अब्बे कोई नहीं तकबीर पढ़ इन्हें छुरियां फेरियां अच्छी कोई नहीं तकबीर पढ़ दे इन्हें छुरी फेर देने हैं ओ उससे अब्बे को तो मैं सीखिया तेरा प्यो इन्हें मेरा दादा इन्हें मेरा परदादा इन्हें ओ ऐसी पूरी नस्ल इन्हें छुरियां फेरे ने कोई नहीं तकबीर पढ़ दे इहदा मतलब है तुसी सानू हराम खवा रहे हो ओ ए कोई आज दी गल थोड़ी है ओ तुहाडे दादे परदादे पूरी नस्ल इन्हें हराम खांदी आई आज तुसा वड्डे थिए ते बड़े अपने आप नु कोई समझी खड़े वे यार ए कोई तरीका है ओ ए मेकु दस ओ जेले तुसा मेरे चाचे दी दुकान ते वेंदे हो ओ शबू माछी दी आराम कर आराम कर ओ रुक जा रुक जा ए फड़ ले मेरा रुक जा बस मेरा आकर दा मकसद ए है कि जेले तुसा गोश्त गिनन वेंदे वे ओ मेरे चाचे शबू माछी दी दुकान तू ओ मुर्गियां किवें हलाल करे ना खड़े तो हां पीनो के हाल है तबीयत से ठीक है खैर खरिया ते ओ तेरे वास्ते फरूट सरूट गिदिया वजा कोई ना कोई फोन ते गल्ला करे ना खड़ोंदे इने छुरी फेरी रख दे ते मैं सट्टी आंदे उंगले तो को ख्याल नहीं आंदा मेरे बारे तो को ख्याल आ गई छोड़ो यार छोड़ो बकरे ने लो छोट गया बकरा मैं तो करे नु साइड ते ला दिए पहले इधर नु मुख लिए ओ भाईजान इन सैर ते क्यों लवा रही तवे यार तू इना दा वटा बिराज सियाणा बंदा है मेनू जिबा करन दो तकदीर ते तेनू आंदी कोई नहीं सानू हराम खवाऊ है ए दस अगे हलाल खा के ना वड्डा होए अगे ता हराम खा के पल्ला पिए अरे अरे मेरा प्यो 10-15 बकरे में रेड़ी खड़ा हो जी इस तरह करो और तकबीर तुसा च पढ़ो छुरी मैं च फिरे ना वाह 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 तकबीर कोई होर पढ़े ते हलाल कोई होर करे ए केड़ा तरीका है ओ बकरा हलाल करवावणे वे ते मेरा इयो तरीका है नहीं तो मैं नहीं करना है मैं वेंदा पिया फड़े नु फड़ो हां नहीं नहीं जान दे यार इनु जान दियो ओदा कसूर नहीं है कसूर साडा अपना है जेनु भी मुंह चक के फड़ के ले आंदे ए नहीं सानू पता कि ओनु तकबीर ही आंदी है या नहीं आंदी ठीक है ना ये सुन्नत इब्राहिमी है ओदे लई पता होना चाहिए कि अगला बंदा प्रोफेशनल है ओनू तकबीर आंदी है नहीं आंदी ते फिर ओनू कहो भाई आओ हलाल करो सही गल कर रहे हो सुन्नत दे मुताबिक कुर्बानी होनी चाहिए ते उस बंदे नू लेके आना चाहिए सी जिन्नू कुर्बानी दा तरीका आंदा होवे ਤੁਸੀਂ ਜਲਦੀ ਦੇ ਵਿੱਚ ਕਿਹੜੇ ਅਨਾੜੀ ਬੰਦੇ ਨੂੰ ਲੈਂਦਾ ਜਿਹਨੂੰ ਤਕਬੀਰ ਵੀ ਨਹੀਂ ਆਂਦੀ ਸੁਨਨਤ ਦੇ ਮੁਤਾਬਿਕ ਉਹ ਹਲਾਲ ਹੀ ਨਹੀਂ ਕਰੇ ਸ਼ੁਕਰ ਹੈ ਅਸਾਂ ਕੁਰਬਾਨੀ ਕਰਾਈ ਨਹੀਂ ਹਰਾਮ ਨਹੀਂ ਖਾਦਾ ਬਿਲਕੁਲ ਤੇਰੀ ਗੱਲ ਸਹੀ ਹੈ ਬੰਦਾ ਉਹ ਹੋਣਾ ਚਾਹੀਦਾ ਕਸਾਈ ਜਿਹਨੂੰ ਸੁਨਨਤ ਦੇ ਮੁਤਾਬਿਕ ਹਲਾਲ ਕਰਨ ਦਾ ਪਤਾ ਹੋਵੇ ਉਹ ਪਹਿਲੀ ਤਾਂ ਗੱਲ ਇਹ ਹੈ ਕਿ ਬੰਦੇ ਨੂੰ ਖੁਦ ਕਰਨਾ ਚਾਹੀਦਾ ਬੱਕਰਾ ਕਮ ਅਜ਼ ਕਮ ਤਸੱਲੀ ਤਾਂ ਹੋਏਗੀ ਨਾ ਵੀ ਅਸੀਂ ਤਕਬੀਰ ਪੜ੍ਹ ਕੇ ਹਲਾਲ ਕੀਤਾ ਸਾਨੂੰ ਇਹ ਤਾਂ ਤਸੱਲੀ ਹੋਏਗੀ ਨਾ ਵੀ ਇਹ ਸਾਡੀ ਕੁਰਬਾਨੀ ਹਲਾਲ ਹੋ ਗਈ ਹੈ ਫਿਰ ਅਗਰ ਨਹੀਂ ਲੱਭਦਾ ਕਸਾਈ ਫਿਰ ਮਜਬੂਰੀ ਹੈ ਫਿਰ ਲੱਭੋ ਉਹ ਬੰਦਾ ਲੱਭੋ ਜਿਹਨੂੰ ਪਤਾ ਹੋਵੇ ਕਿ ਵੀ ਇਹ ਬੰਦਾ ਤਕਬੀਰ ਹੀ ਪੜਦਾ ਹੈ ਔਰ ਸੁਨਨਤ ਦੇ ਮੁਤਾਬਕ ਕੁਰਬਾਨੀ ਕਰਦਾ ਹੈ।